बाबूशाही टाइम्स टीवी च सब का स्वागत है। मैं बलजीत बल्ली, एडिटर बाबूशाही डॉट कॉम, बाबूशाही नैटवर्क। इन्हां दिनां च पिछले काफ़ी समय तो कोविड करोना वायरस के नाल संबंधित जिहड़े बहुत सारे विषयां ते असीं गल करदे रहे हां, उहदे बड़े आस्पैक्ट ने। शरीर दे जिन्ने हिस्से ने सब नाल संबंधित हैगा, अफैक्ट करदा कोविड। ਕਰੋਨਾ ਦੀਆਂ ਜਿਹੜੀਆਂ ਉਹਦੇ ਨਾਲ ਨਾਲ ਜੁੜੀਆਂ ਉਹਦੀਆਂ ਆਫਟਰ ਇਫੈਕਟਸ ਜਿਹੜੇ ਨੇ, ਜਾਂ ਉਹਦੇ ਨਾਲ ਜੁੜ ਕੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਅਤੇ ਬਹੁਤ ਸਾਰੀਆਂ ਜਿਹੜੀਆਂ ਆਲਰੇਡੀ ਬਿਮਾਰੀਆਂ ਹੈਗੀਆਂ ਉਹਦੇ ਨਾਲ ਵੀ ਉਹਦਾ ਸੰਬੰਧ ਹੁੰਦਾ। ਅਸੀਂ ਪਹਿਲਾਂ ਵੀ ਮਹਾਰਾਜ ਨਾਲ ਗੱਲ ਕਰਦੇ ਰਹੇ ਹਾਂ, ਅਤੇ ਅੱਜ ਅਸੀਂ ਇੱਕ ਵੱਖਰੇ ਮੁੱਦੇ 'ਤੇ ਗੱਲ ਕਰਾਂਗੇ ਜਿਹੜਾ ਕਿ ਕੋਵਿਡ ਨਾਲ ਸੰਬੰਧ, ਉਹ ਹੈਗਾ ਕਲੋਟਿੰਗ। ਕਿ ਜਿਹੜੀ ਸਰੀਰ ਦੇ ਵਿੱਚ ਕਲੋਟਿੰਗ ਹੋ ਜਾਂਦੀ ਹੈ, ਉਹ ਜਿਹੜੀ ਬਾਡੀ ਦੇ ਵਿੱਚ, ਉਹਦਾ ਕੋਵਿਡ ਨਾਲ ਕੀ ਸੰਬੰਧ ਹੈ, ਅਤੇ ਉਸਨੂੰ ਜੇ ਹੋ ਜਾਏ ਤਾਂ ਫਿਰ ਰਿਮੂਵ ਕਿਵੇਂ ਕੀਤੀ ਜਾਣੀ ਹੈ, ਜਾਂ ਆਪਣੇ ਆਪ 'ਚ ਵੀ ਕਲੋਟਿੰਗ ਦਾ ਕੋਵਿਡ ਨਾਲ ਕੋਈ ਰਿਲੇਸ਼ਨ ਹੈ, ਇਸ ਮੁੱਦੇ 'ਤੇ ਗੱਲਬਾਤ ਕਰਾਂਗੇ। ਅਤੇ ਨਾਲ ਹੀ ਹਾਰਟ ਦੀਆਂ ਜਿਹੜੀਆਂ ਕਾਰਡੀਓ ਨਾਲ ਜੁੜੀਆਂ ਹੋਈਆਂ ਸਮੱਸਿਆ ਜਾਂ ਮਸਲੇ ਨੇ ਕੋਵਿਡ ਪੇਸ਼ੈਂਟਸ ਲਈ, ਸਾਡੇ ਨਾਲ ਨੇ ਬਹੁਤ ਹੀ ਉੱਘੇ ਡਾਕਟਰ ਬੇਦੀ, ਹੈਰੀ ਬੇਦੀ ਸ਼ਾਰਟ ਇਹਨਾਂ ਦਾ ਨਾਂ ਹੈ। ਇਹ ਇਸ ਵੇਲੇ ਡਾਇਰੈਕਟਰ ਨੇ ਕਾਰਡੀਓਵੈਸਕੂਲਰ ਸਾਇੰਸਿਸ IV ਹੋਸਪਿਟਲ ਮੋਹਾਲੀ, ਪਰ ਉਹ ਇਹਨਾਂ ਦਾ ਵਾਸਟ ਐਕਸਪੀਰੀਅੰਸ ਬਹੁਤ ਹੈ, ਬਹੁਤ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਇਸ ਫੀਲਡ 'ਚ। ਇੰਡੀਆ ਤੋਂ ਬਾਹਰ ਵੀ ਕੰਮ ਕਰ ਚੁੱਕੇ ਨੇ, ਐਕਸਕਾਟ 'ਚ, ਸਿਡਨੀ 'ਚ ਵੀ ਕੰਮ ਕਰ ਚੁੱਕੇ ਨੇ। ਅਤੇ ਥੋੜ੍ਹੀ ਜਿਹੀ ਮੈਂ ਇੰਟਰੋਡਕਸ਼ਨ ਦਿੱਤੀ, ਬਾਕੀ ਇਹ ਇੰਟਰੋਡਕਸ਼ਨ ਆਪ ਦੇਣਗੇ। ਅਤੇ ਉਹਨਾਂ ਨਾਲ, ਕਿਉਂਕਿ ਉਹ ਮਾਹਰ ਨੇ ਇਸ ਫੀਲਡ ਦੇ ਅਤੇ ਪ੍ਰੈਕਟੀਕਲੀ ਇਸ ਨੂੰ ਡੀਲ ਕਰ ਰਹੇ ਨੇ ਅੱਜ ਕੱਲ੍ਹ, ਇਸ ਕਰਕੇ ਅਸੀਂ ਉਹਨਾਂ ਤੋਂ ਜਾਣਾਂਗੇ ਇਸ ਮਸਲੇ ਦੀ, ਇਸ ਨਾਲ ਸੰਬੰਧਿਤ ਜਿਹੜੇ ਆਸਪੈਕਟ, ਉਹਨਾਂ ਦੀ ਜਾਣਕਾਰੀ। ਡਾਕਟਰ ਬੇਦੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਜੀ, ਧੰਨਵਾਦ। ਮੈਂ ਜਿਵੇਂ ਕਿਹਾ ਕਿ ਥੋੜ੍ਹੀ ਜਿਹੀ ਜਾਣਕਾਰੀ ਮੈਂ ਮੋਟੀ ਤੋਂ ਥੋੜ੍ਹੀ ਦਿੱਤੀ ਹੈ, ਅਤੇ ਥੋੜ੍ਹੀ ਜਿਹੀ ਸਪੈਸੀਫਿਕ ਜਾਣਕਾਰੀ, ਕਿਉਂਕਿ ਮੈਡੀਕਲ ਟਰਮੀਨੋਲੋਜੀ ਜੇ ਤੁਸੀਂ ਆਪਣੀ ਆਪ ਦੇ ਦਿਓ। ਹਾਂਜੀ, ਅੱਛਾ ਜੀ। ਮੈਂ ਗ੍ਰੀਟਿੰਗਸ ਟੂ ਆਲ ਯੋਰ ਆਡੀਅੰਸ। ਮੈਂ ਜੀ ਡਾਕਟਰ ਹਰਿੰਦਰ ਸਿੰਘ ਬੇਦੀ ਹਾਂ। ਮੈਂ ਡਾਇਰੈਕਟਰ ਹੈ ਕਾਰਡੀਓਵੈਸਕੂਲਰ, ਐਂਡੋਵੈਸਕੂਲਰ ਐਂਡ ਥੋਰੈਸਿਕ ਸਾਇੰਸਿਸ ਦਾ IV ਹੋਸਪਿਟਲ ਮੋਹਾਲੀ 'ਚ। ਇਸ ਤੋਂ ਪਹਿਲੇ ਮੈਂ ਓਰੀਜਨਲ ਐਸਕੋਟਸ ਆਰਟ ਇੰਸਟੀਚਿਊਟ ਸੀਗਾ ਦਿੱਲੀ, ਤੇ ਸੇਂਟ ਵਿਨਸੈਂਟ ਹੋਸਪਿਟਲ ਆਸਟ੍ਰੇਲੀਆ 'ਚ। ਸੋ ਬੇਸਿਕਲੀ ਉਹਦੇ ਬਾਅਦ ਮੈਂ ਪੰਜਾਬ 'ਚ, ਮੈਨੂੰ ਹੋ ਗਏ 15 ਸਾਲ, ਐਂਡ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ, ਤੇ ਮੈਨੂੰ ਬੜਾ ਫਖਰ ਵੀ ਹੈਗਾ, ਪ੍ਰਾਈਡ ਵੀ ਹੈਗਾ ਕਿ ਜਿਹੜੀ ਸਾਡੀ ਟੀਮ ਹੈ ਉਹਨੇ ਹੀ ਸਭ ਤੋਂ ਪਹਿਲੇ ਬੀਟਿੰਗ ਹਾਰਟ ਸਰਜਰੀ ਸ਼ੁਰੂ ਕੀਤੀ ਸੀ, ਪੰਜਾਬ 'ਚ ਨਹੀਂ, ਇੰਡੀਆ 'ਚ ਨਹੀਂ ਪਰ ਦੁਨੀਆ 'ਚ। ਸੋ ਦਿਸ ਵਾਜ਼ ਆਰ ਟੀਮ, ਐਂਡ ਦਿਸ ਵਾਜ਼ ਵੇ ਬੈਕ ਇਨ 1996। ਤੇ ਹੁਣ ਬੀਟਿੰਗ ਹਾਰਟ ਸਰਜਰੀ ਪੂਰੀ ਦੁਨੀਆ 'ਚ ਬੜੇ ਅੱਛੇ ਰਿਜ਼ਲਟ ਦੇ ਨਾਲ ਹੋ ਰਿਹਾ ਹੈ। ਹਾਂਜੀ, ਇੱਕ ਤੁਸੀਂ ਕੇਸ ਆਇਆ ਤੁਹਾਡੇ ਕੋਲੇ, ਪਹਿਲਾਂ ਗੱਲ ਉੱਥੇ ਸ਼ੁਰੂ ਕਰਦੇ ਆ। ਹਾਂਜੀ, ਕੋਵਿਡ ਪੇਸ਼ੈਂਟ ਕਲੋਟਿੰਗ ਦਾ ਕੇਸ ਆਇਆ, ਤੇ ਪ੍ਰੈਕਟੀਕਲੀ ਗੱਲ ਉੱਥੇ ਸ਼ੁਰੂ ਕਰਦੇ ਆ, ਕਿਉਂਕਿ ਤੁਸੀਂ ਉਹਦਾ ਸਰਜਰੀ ਕੀਤੀ ਹੈ, ਉਹਦੀ ਜਾਣਕਾਰੀ ਦੇ ਦਿਓ ਪਹਿਲਾਂ, ਤਾਂ ਕਿ ਉਹਦੇ ਨਾਲ ਕਾਫੀ ਸਮਝ ਆ ਜਾਏਗੀ ਇਸ ਇਸ਼ੂ ਦੀ। ਇਹ ਜਿਹੜੀ ਮਹਾਮਾਰੀ ਸਾਡੇ ਉੱਤੇ ਆ ਗਈ ਹੈ ਕੋਵਿਡ ਦੀ, ਇਹਦੇ ਨਾਲ ਬਹੁਤ ਆਪਣਾ ਬਿਮਾਰੀ ਤੇ ਹੈ ਹੀ, ਜਿਹੜੀ ਕਿ ਵਾਇਰਸ ਦਾ ਲੰਗ ਦਾ ਨਮੋਨੀਆ ਹੋ ਜਾਂਦਾ ਹੈ, ਤੇ ਉਹਦੇ ਆਫਟਰ ਇਫੈਕਟ। ਇਹਦੇ ਨਾਲ ਹੀ ਇਹਦੀ ਕਈ ਸਾਈਡ ਇਫੈਕਟਸ ਨੇ ਕੋਵਿਡ ਦੇ, ਜੋ ਕਿ ਸਭ ਤੋਂ ਖਰਾਬ ਸਾਈਡ ਇਫੈਕਟ ਜਿਹੜਾ ਹੈਗਾ ਉਹ ਹੈਗਾ ਕਲੋਟਿੰਗ, ਦੈਟ ਇਜ਼ ਬਲੱਡ ਸਟਾਰਟਸ ਕਲੋਟਿੰਗ, ਖੂਨ ਜਿਹੜਾ ਹੈ ਜੰਮ ਜਾਂਦਾ ਹੈ। ਹਾਂਜੀ, ਹੁਣ ਇਹਦੇ ਕਾਰਨ, ਐਗਜੈਕਟ ਕਾਰਨ ਸਾਨੂੰ ਨਹੀਂ ਪਤਾ ਹੈ। ਬੇਸਿਕਲੀ ਜਦ ਸਾਨੂੰ ਚੋਟ ਲੱਗਦੀ ਹੈ, ਸਪੋਜ਼ ਨਾ ਚਮੜੀ 'ਚ ਚੋਟ ਲੱਗਦੀ ਹੈ, ਇੱਥੇ ਚੋਟ ਲੱਗਦੀ ਹੈ, ਤੇ ਤੁਸੀਂ ਦੇਖਿਆ ਹੋ ਨਾ ਕਿਸੇ ਨੇ ਵੀ ਕਿ ਖੂਨ ਵਹਿਣਾ ਸ਼ੁਰੂ ਕਰਦਾ ਹੈ, ਪਰ ਬਾਡੀ ਦਾ ਰਿਸਪੋਂਸ ਹੈ ਕਿ ਉਹ ਕਲੋਟ ਬਣਾ ਦਿੰਦੀ ਹੈ, ਸੋ ਉੱਥੇ ਖੂਨ ਵਹਿਣਾ ਬੰਦ ਹੋ ਜਾਂਦਾ ਹੈ। ਪਰ ਇਹੀ ਰਿਸਪੋਂਸ, ਜਾਂ ਇਹਨੂੰ ਹਾਈਪਰ ਰਿਸਪੋਂਸ ਅਸੀਂ ਕਹੀਏ, ਇਹ ਬਾਡੀ ਵਾਇਰਸ ਨੂੰ ਕਰ ਦਿੰਦੀ ਹੈ। ਸੋ ਵਾਇਰਸ ਜਿਹੜਾ ਹੈ ਉਹ ਐਂਡੋਥੀਲੀਅਮ, ਜਿਹੜੀ ਸਾਡੀ ਨਸਾਂ ਹੈ, ਬਲੱਡ ਵੈਸਲ ਹੈ, ਉਹਦੀ ਇੰਟਰਨਲ ਲੇਅਰ ਹੁੰਦੀ ਹੈ, ਉਹਨੂੰ ਡੈਮੇਜ ਕਰਦਾ ਹੈ। ਉਹਦੇ ਕਾਰਨ ਬਾਡੀ ਨੂੰ ਲੱਗਦਾ ਹੈ ਕਿ ਕੁਛ ਬਲੀਡਿੰਗ ਨਾ ਹੋ ਜਾਏ, ਤੇ ਬਾਡੀ ਉੱਥੇ ਕਲੋਟਿੰਗ ਸ਼ੁਰੂ ਕਰ ਦਿੰਦੀ ਹੈ। ਸੋ ਕਲੋਟਿੰਗ ਐਕਟੀਵੇਟ ਹੋ ਜਾਂਦੀ ਹੈ, ਜੋ ਕਿ ਲੋੜ ਨਹੀਂ ਸੀਗੀ ਸਾਨੂੰ ਉਸਦੀ। ਉਹਦਾ ਖਰਾਬ ਗੱਲ ਇਹ ਹੈ ਕਿ ਹੁਣ ਜੇ ਕਲੋਟ ਬਣ ਜਾਂਦਾ ਹੈ ਨਸ ਦੇ ਅੰਦਰ,
ਅੱਗੇ ਖੂਨ ਜਾਣਾ ਬੰਦ ਹੋ ਜਾਏਗਾ। ਸੋ ਜੇ ਉਹ ਲੰਗ ਵਿੱਚ ਹੈਗਾ ਤੇ ਤੁਹਾਨੂੰ ਪਤਾ ਹੀ ਹੈ ਆਕਸੀਜਨ ਅੱਜ ਕੱਲ੍ਹ ਘੱਟ ਹੋ ਜਾਂਦੀ ਹੈ ਇਸ ਬਿਮਾਰੀ 'ਚ। ਸੋ ਦੈਟ ਇਜ਼ ਦ ਮੇਨ ਰੀਜ਼ਨ ਕਿ ਆਕਸੀਜਨ ਘੱਟ ਕਿਉਂ ਹੋ ਰਹੀ ਹੈ, ਕਿਉਂਕਿ ਲੰਗ ਦੇ ਅੰਦਰ ਬਲੀਡਿੰਗ ਐਂਡ ਕਲੋਟਿੰਗ ਹੋ ਜਾਏਗੀ। ਸੋ ਉਹ ਖੂਨ ਅੱਗੇ ਨਹੀਂ ਜਾ ਪਾਏਗਾ ਤੇ ਉਹ ਆਕਸੀਜਨ ਕਿਸ ਤਰ੍ਹਾਂ ਲਏਗਾ। ਦੂਜਾ ਹੈਗਾ ਹਾਰਟ ਦੇ ਅੰਦਰ ਕਲੋਟ ਬਣ ਸਕਦਾ ਹੈ, ਹਾਰਟ ਦਾ ਅਟੈਕ ਹੋ ਸਕਦਾ ਹੈ ਵਿਚ ਵੀ ਕਾਲ ਅ ਮਾਇਓਕਾਰਡੀਅਲ ਇਨਫਾਰਕਸ਼ਨ। ਇਹ ਵੀ ਅਸੀਂ ਦੇਖਿਆ ਕਿਉਂਕਿ ਮੈਂ ਹਾਰਟ ਦਾ ਵੀ ਡਾਕਟਰ ਹਾਂ, ਇੰਸੀਡੈਂਸ ਆਫ ਅਕਿਊਟ ਹਾਰਟ ਅਟੈਕ ਵੀ ਵੱਧ ਗਿਆ ਅੱਜ ਕੱਲ੍ਹ। ਤੀਜਾ ਇਹ ਸਾਡੇ ਬ੍ਰੇਨ ਚ ਵੀ ਹੋ ਸਕਦਾ ਹੈ, ਸਟ੍ਰੋਕ ਹੋ ਸਕਦਾ ਹੈ। ਐਂਡ ਚੌਥਾ ਹੈ ਜਿਹੜੀ ਪੈਰੀਫਰਲ ਆਰਟਰੀਜ਼ ਨੇ, ਜਿਹੜੀ ਸਾਡੀ ਪੈਰ ਦੀ ਨਾੜੀਆਂ ਹੈ, ਹੱਥ ਦੀ ਨਾੜੀਆਂ ਹੈ, ਉਹਦੇ ਚ ਬਲੋਕੇਜ ਹੋ ਸਕਦਾ ਹੈ। ਨਾ ਇਹ ਪੇਸ਼ੈਂਟ ਆਇਆ ਸੀ ਸਾਡਾ 35 ਸਾਲ ਦਾ ਹੈ, ਤੁਹਾਡਾ ਮਤਲਬ ਮੈਂ ਸ਼ੂਗਰ ਵੀ ਨਹੀਂ ਹੈ, ਵਿੱਚੋਂ ਇੰਟਰਪਟ ਕਰਿਆ, ਤੁਹਾਡਾ ਮਤਲਬ ਵੀ ਇਹ ਕਿਸੇ ਹਿੱਸੇ ਚ ਵੀ ਹੋ ਸਕਦਾ, ਮਤਲਬ ਬਹੁਤਾ ਲੰਗਸ ਤੇ ਇਫੈਕਟ ਕਰਦਾ ਪਰ ਕਿਸੇ ਹਿੱਸੇ ਚ ਵੀ ਹੋ ਸਕਦਾ। ਹਾਂ ਬਿਲਕੁਲ, ਇਹ ਬਹੁਤ ਹੀ ਭਿਆਨਕ ਦੀ ਕੰਡੀਸ਼ਨ ਹੈ ਕਿ ਬਾਡੀ ਦਾ ਮਤਲਬ ਬਾਡੀ ਆਪਣੇ ਆਪ ਨੂੰ ਅਟੈਕ ਕਰ ਰਹੀ ਹੈ ਕਿਉਂਕਿ ਬਾਡੀ ਨੂੰ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਹੈ ਜੀ। ਸੋ ਇਹ ਜਿਹੜੇ ਜੈਂਟਲਮੈਨ ਹੈ 35 ਸਾਲ ਦੇ, ਅਦਰਵਾਈਜ਼ ਵੈਰੀ ਹੈਲਦੀ, ਐਂਡ ਇਹਨਾਂ ਨੂੰ ਕੋਵਿਡ ਹੋਏ 35 ਸਾਲ ਦੇ ਸੀਗੇ, ਐਂਡ ਸ਼ੂਗਰ ਵੀ ਨਹੀਂ ਹੈ, ਡਾਇਬਟੀਜ਼ ਵੀ ਨਹੀਂ ਹੈ, ਕੋਈ ਹਾਰਟ ਦੀ ਬਿਮਾਰੀ ਵੀ ਨਹੀਂ ਹੈ, ਕਿਉਂਕਿ ਇਹ ਜੇ ਤਿੰਨੋਂ ਹੋਣ ਤੇ ਕੋਵਿਡ ਦਾ ਕੰਪਲੀਕੇਸ਼ਨ ਜ਼ਿਆਦਾ ਹੋ ਜਾਂਦਾ। ਕੋਵਿਡ ਹੋਇਆ, ਇਹ ਸਾਡੇ ਸ਼ਹਿਰ ਦੇ ਇੱਕ ਬਹੁਤ ਅੱਛੇ ਹਸਪਤਾਲ ਚ ਐਡਮਿਟ ਹੋਏ, ਕੋਵਿਡ ਦਾ ਇਲਾਜ, ਪ੍ਰੋਪਰ ਇਲਾਜ ਸ਼ੁਰੂ ਹੋ ਗਿਆ, ਪਰ ਦੂਜੇ ਦਿਨ ਡਾਕਟਰਾਂ ਨੇ ਦੇਖਿਆ ਕਿ ਇਹਦੀ ਪੈਰ ਜਿਹੜਾ ਹੈ ਠੰਡਾ ਪੈ ਰਿਹਾ, ਤੇ ਇਮੀਡੀਏਟਲੀ ਉਹਨਾਂ ਨੇ, ਕਿਉਂਕਿ ਮੈਂ ਵੈਸਕੂਲਰ ਸਰਜਰੀ ਵੀ ਕਰਦਾ, ਉਹਨਾਂ ਨੇ ਸਾਡੇ ਕੋਲ ਭੇਜਿਆ IV ਹਸਪਤਾਲ ਮੋਹਾਲੀ ਚ, ਐਂਡ ਵਿਦ ਇਨ ਅ ਵੈਰੀ ਸ਼ਾਰਟ ਟਾਈਮ, ਵਿਦ ਇਨ ਘੰਟਿਆਂ ਚ ਆ ਗਿਆ ਸਾਡੇ ਕੋਲ, ਐਂਡ ਉਹਦਾ ਜਾਂਚ ਵੀ ਅਸੀਂ ਫਟਾਫਟ ਕੀਤੀ ਤੇ ਪਾਇਆ ਕਿ ਉਹਦੀ ਨਾੜੀ ਦੇ ਅੰਦਰ ਖੂਨ ਜੰਮ ਗਿਆ ਹੈ। ਨਾਰਮਲੀ ਇਹ ਪਾਇਆ ਜਾਂਦਾ ਹੈ 60-70-80 ਸਾਲ ਵਾਲੇ ਬਜ਼ੁਰਗਾਂ ਚ, ਜਾਂ ਜਿਹਨਾਂ ਨੂੰ ਹਾਰਟ ਦੀ ਬਿਮਾਰੀ ਹੈ, ਇਹਦੇ ਚ ਕੁਛ ਵੀ ਹਾਰਟ ਦੀ ਬਿਮਾਰੀ ਨਹੀਂ ਸੀਗੀ। ਸੋ ਜੇ ਉਹਦੇ ਚ ਕੁਛ ਨਹੀਂ ਕਰਦੇ ਤੇ ਪੈਰ ਆਲਰੇਡੀ ਕਾਲਾ ਪੈ ਰਿਹਾ ਸੀ, ਖਤਰਾ ਸੀਗਾ ਕਿ ਪੂਰਾ ਪੈਰ ਕਾਲਾ ਪੈ ਜਾਂਦਾ। ਟੈਸਟ ਕਿਵੇਂ ਕਰਦੇ ਹੋ? ਹਾਂਜੀ, ਇਹਦੇ ਬੇਸਿਕਲੀ ਤਿੰਨ ਚੀਜ਼ਾਂ ਕਰਦੇ ਹਾਂ। ਸਭ ਤੋਂ ਪਹਿਲੇ ਤੇ ਅਸੀਂ ਪੇਸ਼ੈਂਟ ਨੂੰ ਇਗਜ਼ਾਮਿਨ ਕਰਦੇ ਹਾਂ, ਉਹਦੇ ਚ ਉਹਦੀ ਨਬਜ਼ ਹੀ ਨਹੀਂ ਮਿਲੇਗੀ। ਨੰਬਰ 2 ਇੱਕ ਟੈਸਟ ਹੁੰਦਾ ਡੋਪਲਰ ਟੈਸਟ ਜੀ, ਤੇ ਇਸ ਤਰ੍ਹਾਂ ਅਸੀਂ ਉਹਦਾ ਡਾਇਗਨੋਸ ਕਰਦੇ ਹਾਂ। ਐਂਡ ਡਾਇਗਨੋਸਿਸ ਤੋਂ ਬਾਅਦ ਅਸੀਂ ਪਾਇਆ ਕਿ ਉਹਦਾ ਪੈਰ ਜਿਹੜਾ ਹੈ ਫੁੱਟ ਕਾਲਾ ਪੈ ਰਿਹਾ ਸੀ, ਤੇ ਬੜਾ ਰੈਪਿਡਲੀ ਉਹ ਕਾਲਾਪਨ ਉੱਤੇ ਆ ਰਿਹਾ ਸੀ, ਉਹਦੇ ਬਾਡੀ ਦੇ ਬਾਕੀ ਬਾਡੀ ਚ ਵੀ ਆ ਰਿਹਾ ਸੀ। ਸੋ ਉਹਦਾ ਇਮੀਡੀਏਟਲੀ ਅਸੀਂ ਆਪਰੇਸ਼ਨ ਲਈ ਲਿਆ। ਹੁਣ ਤੁਹਾਨੂੰ ਪਤਾ ਹੈ ਕਿ ਡਿਊਰਿੰਗ ਕੋਵਿਡ ਪੇਸ਼ੈਂਟ ਨੂੰ ਐਕਟਿਵ ਕੋਵਿਡ ਸੀਗਾ, 2 ਦਿਨ ਪਹਿਲਾਂ ਹੀ ਹੋਇਆ ਸੀ ਸ਼ੁਰੂ। ਡਿਊਰਿੰਗ ਕੋਵਿਡ ਖਤਰਾ ਹੁੰਦਾ ਹੈ 2 ਤਰੀਕੇ ਦਾ, ਇੱਕ ਪੇਸ਼ੈਂਟ ਨੂੰ ਖਤਰਾ ਹੁੰਦਾ ਹੈ ਕਿ ਉਹਦੇ ਕੰਪਲੀਕੇਸ਼ਨ ਸਰਜਰੀ ਦੇ ਵੱਧ ਜਾਂਦੇ ਨੇ, ਦੂਜਾ ਖਤਰਾ ਹੁੰਦਾ ਹੈ ਮੈਂ ਤੇ ਮੇਰੇ ਸਟਾਫ ਨੂੰ, ਕਿਉਂਕਿ ਸਾਨੂੰ ਪੇਸ਼ੈਂਟ ਤੋਂ ਕੋਵਿਡ ਰਿਸਕ ਪੂਰਾ ਹੈ ਜੀ। ਤੇ ਮੈਂ ਬਹੁਤ ਖੁਸ਼ ਹਾਂ ਤੇ ਬਹੁਤ ਪ੍ਰਾਊਡ ਹਾਂ ਕਿ ਮੇਰੇ ਕਿਸੇ ਵੀ ਸਟਾਫ ਨੇ ਇਹ ਨਹੀਂ ਕਿਹਾ ਜੀ ਨਹੀਂ ਅਸੀਂ ਇਹ ਕੇਸ ਨਹੀਂ ਕਰਾਵਾਂਗੇ। ਆਪਰੇਸ਼ਨ ਦੇ ਬਾਅਦ ਸ਼ਿਫਟ ਵਿੱਚ ਨਰਸ ਹੁੰਦੀ ਹੈ, 3 ਨਰਸਾਂ ਇੱਕ ਇੱਕ ਸ਼ਿਫਟ ਵਿੱਚ 8 ਘੰਟੇ ਦੀ। ਸੋ ਨਾਟ ਓਨਲੀ ਆਪਰੇਸ਼ਨ ਦਾ ਖਤਰਾ ਹੈ, ਡਿਊਰਿੰਗ ਨਰਸਿੰਗ ਕੇਅਰ ਵੀ ਖਤਰਾ ਹੁੰਦਾ ਸਾਡਾ। ਹਾਂਜੀ, ਬਟ ਅਸੀਂ ਤੇ ਸਾਡੇ ਹਸਪੀਟਲ ਨੇ ਬੜਾ ਖਿਆਲ ਰੱਖਿਆ ਹੈ, ਅਸੀਂ ਸਾਰੇ ਡਾਕਟਰਸ, ਪੈਰਾਮੈਡੀਕਲ ਵਰਕਰ, ਈਵਨ ਕਲੀਨਿੰਗ ਸਟਾਫ ਨੂੰ ਵੈਕਸੀਨੇਟ ਕੀਤਾ ਹੋਇਆ, ਐਂਡ ਸਾਰਿਆਂ ਨੂੰ PPE ਕਿੱਟ, ਜਿਹੜੇ ਪੂਰੇ ਕੱਪੜੇ ਹੁੰਦੇ ਆ, ਵਾਈਟ ਕੱਪੜੇ ਤੇ ਉੱਤੇ ਮਾਸਕ ਹੁੰਦਾ ਹੈ, ਉਹ ਸਭ ਨੂੰ ਦਿੱਤਾ ਹੋਇਆ ਜੀ। ਸੋ ਸਾਰੇ ਪ੍ਰੀਕੋਸ਼ਨ ਲੈ ਕੇ ਅਸੀਂ ਸਾਨੂੰ ਜੇ ਸੀਗਾ ਕਿ ਜੇ ਅਸੀਂ ਡਿਲੇ ਕੀਤਾ ਜਾਂ ਨਹੀਂ ਕੀਤਾ, ਫਿਰ ਇਹਦਾ ਪੈਰ ਵੀ ਚਲਾ ਜਾਏਗਾ ਤੇ ਪੇਸ਼ੈਂਟ ਨੂੰ ਪੋਇਜ਼ਨ ਪੈਰ ਤੋਂ ਬੋਡੀ ਚ ਚਲਾ ਜਾਏਗਾ। ਸੋ ਇਹਦਾ ਵਿਦ ਇਨ ਹਾਫ ਐਨ ਆਵਰ ਪੇਸ਼ੈਂਟ ਦੇ ਆਉਣ ਦੇ ਅਸੀਂ ਸਾਰੇ ਟੈਸਟ ਕਰ ਲਏ ਸੀ, ਤੇ ਇਹਦਾ ਆਪਰੇਸ਼ਨ ਲਈ ਲੈ ਲਿਆ, ਤੇ ਇਹਦਾ ਇੱਕ ਆਪਰੇਸ਼ਨ ਦਾ ਨਾਂ ਹੁੰਦਾ ਐਂਬੋਲੈਕਟਮੀ। ਸੋ ਐਂਬੋਲੈਕਟਮੀ ਕਰਕੇ ਬਹੁਤ ਸਾਰੇ ਗੁੱਛੇ ਨਿਕਲੇ, ਖੂਨ ਥੱਤਾ ਕਹਿੰਦੇ ਉਹਨੂੰ, ਕਲੋਟ ਕਹਿੰਦੇ ਆ, ਉਹਦੇ ਕੱਢੇ ਤੇ ਜਿਸ ਤਰ੍ਹਾਂ ਹੀ ਕੱਢੇ ਐਂਬੋਲੈਕਟਮੀ ਯੈਸ, ਤੇ ਜਿਸ ਤਰ੍ਹਾਂ ਹੀ ਕੱਢੇ ਇਮੀਡੀਏਟਲੀ ਪੈਰ ਦਾ ਕਲਰ ਵੀ ਇੰਪਰੂਵ ਹੋ ਗਿਆ, ਪਿੰਕ ਹੋ ਗਿਆ, ਤੇ ਨਾੜੀ ਚ ਖੂਨ ਜਿਹੜਾ ਨਹੀਂ ਜਾ ਰਿਹਾ ਸੀ ਉਹਦੀ ਸਾਨੂੰ ਫੀਲ ਕਰ ਸਕੇ ਕਿ ਹਾਂ ਵੀ ਖੂਨ ਵਾਪਿਸ ਆ ਰਿਹਾ। ਸੋ ਆਪਰੇਸ਼ਨ ਸਕਸੈਸਫੁਲ ਰਿਹਾ, ਬਾਬੇ ਦੀ ਮਿਹਰ ਹੋਈ, ਐਂਡ ਟਾਈਮਲੀ ਸੀ, ਬੇਸਿਕਲੀ ਟਾਈਮਲੀ ਨੰਬਰ 1 ਪ੍ਰੀਵੈਂਸ਼ਨ। ਕੋਈ ਵੀ ਕੋਵਿਡ ਮਰੀਜ਼ ਨੂੰ ਅਸੀਂ ਦਵਾਈ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਾਂ, ਉਸ ਦੇ ਬਾਵਜੂਦ ਵੀ ਜੇ ਹੋ ਜਾਏ ਤੇ ਉਹਦਾ ਡਾਇਗਨੋਸਿਸ ਜਲਦੀ ਹੋ ਜਾਏ, ਇਹ ਨਾ ਹੋਏ ਕਿ ਪੇਸ਼ੈਂਟ ਲੇਟਿਆ ਰਿਹਾ ਇੱਕ ਦਿਨ ਉਹਦੇ ਬਾਅਦ ਡਾਇਗਨੋਸ ਹੋਏ। ਐਂਡ ਤੀਜਾ ਹੈ ਇਮੀਡੀਏਟ ਟ੍ਰੀਟਮੈਂਟ, ਇਹਦੇ ਡਿਲੇ ਨਹੀਂ ਹੋ ਸਕਦਾ। ਇਹੋ ਜਿਹੇ ਕੇਸ ਮੈਂ ਆਸਟ੍ਰੇਲੀਆ ਚ ਵੀ ਕੀਤੇ ਹੈ, ਅਫਕੋਰਸ ਕੋਵਿਡ ਵਾਲੇ ਨਹੀਂ ਸੀਗੇ,
ਪਰ ਉਹਦੇ ਚ ਵੀ ਡਿਲੇ ਨਹੀਂ ਕਰਦੇ ਅਸੀਂ ਡਿਲੇ ਵੈਸਕੂਲਰ ਐਮਬੋਲਿਜ਼ਮ ਚ ਡਿਲੇ ਹੋ ਹੀ ਨਹੀਂ ਸਕਦਾ ਜੇ ਡਿਲੇ ਕੀਤਾ ਤੇ ਆਪਰੇਸ਼ਨ ਦਾ ਫਾਇਦਾ ਹੀ ਨਹੀਂ ਹੁੰਦਾ ਚਾਹੇ ਰਾਤ ਨੂੰ 12 ਵਜੇ ਆਏ ਤੇ 12:15 ਵਜੇ ਕਰਨਾ ਪਏਗਾ So again, I'm very happy with my staff ki unhon ne kisi ne bhi chun tak nahi ki thi kyunki unhon nu pata si ki bhai kitna ahmiyat ki hai jaldi operation karan di bade compliments dene wale sara nu te oh hun us to baad post operative jehda oda ki haal hai usda matlab jehdi nahi dekho pair bach gaya pair di jehdi ungliyan hai oh kali already ho gayi si so kuch ungliyan assi bacha nahi pawange hale bhi assi ode kuch hor operation nahi kita ਅਸੀਂ ਨੇਚਰਲੀ ਵੇਟ ਕਰਦੇ ਹਾਂ ਕਿ ਖੂਨ ਜਿੱਥੇ ਜਿੱਥੇ ਜਾ ਰਿਹਾ ਹੈ ਉਹ ਏਰੀਆ ਸਾਡਾ ਬਚਾਏ ਜਿੰਨਾ ਮੈਕਸੀਮਮ ਬਚ ਜਾਏ ਕਿਉਂਕਿ ਯੰਗ ਪੇਸ਼ੈਂਟ ਹੈ ਹਲੇ ਇਹਦੀ ਹਲੇ ਪੂਰੀ ਲਾਈਫ ਬਚੀ ਹੋਈ ਹੈ ਸੋ ਵੈਰੀ ਇੰਪੋਰਟੈਂਟ ਤੇ ਇਹਦੀਆਂ ਸਿੰਪਟਮ ਕੀ ਨੇ ਮੈਨੂੰ ਨਿਸ਼ਾਨੀਆਂ ਕੀ ਨੇ ਜੇ ਪਤਾ ਆਮ ਬੰਦੇ ਨੂੰ ਪਤਾ ਕਿਵੇਂ ਲੱਗੇ ਕਿ ਇਹ ਜਿਹੜਾ ਇਹ ਬਹੁਤ ਬਹੁਤ ਅੱਛਾ ਹਾਂਜੀ ਬਹੁਤ ਅੱਛਾ ਕੁਐਸਚਨ ਹੈ ਇਹਦਾ ਬੇਸਿਕਲੀ ਸਭ ਤੋਂ ਪਹਿਲੇ ਤੇ ਪੈਰ ਉਹ ਪੇਸ਼ੈਂਟ ਨੂੰ ਦਰਦ ਹੋਏਗਾ ਜੀ ਉਹ ਪੈਰ ਚਲਾ ਨਹੀਂ ਪਾਏਗਾ ਤੇ ਉਹ ਜੇ ਆਪਣਾ ਹੱਥ ਲਗਾਏਗਾ ਜਾਂ ਕੋਈ ਹੱਥ ਲਗਾਏਗਾ ਤੇ ਪੈਰ ਠੰਡਾ ਹੋ ਜਾਏਗਾ ਤੇ ਜੇ ਹੋਰ ਥੋੜਾ ਵੇਟ ਕੀਤਾ ਤੇ ਪੈਰ ਕਾਲਾ ਹੋਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੋ ਮੇਰੇ ਸਿੱਧੀ ਚ ਬੜੇ ਹੁੰਦੇ ਸੀ ਤੇ ਉਹਨਾਂ ਚ ਤੇ ਇਮੀਡੀਏਟਲੀ ਦਿਖ ਜਾਂਦਾ ਹੈ ਕਿਉਂਕਿ ਪਿੰਕ ਰੰਗ ਦਾ ਬਲੂ ਹੋਣਾ ਬੜਾ ਜਲਦੀ ਦਿਖਦਾ ਉਹਨਾਂ ਦੀ ਬਾਡੀ ਚ ਸਕਿਨ ਦਾ ਰੰਗ ਸਾਫ ਹੁੰਦਾ ਨਾ ਹਾਂਜੀ ਸਾਡੇ ਮੇਰੇ ਚ ਕਿਸੇ ਮੇਰੇ ਵਰਗੇ ਬੰਦੇ ਚ ਥੋੜਾ ਟਾਈਮ ਲੱਗਦਾ ਹੈ ਕਿ ਇੱਕਦਮ ਦਿਖਦਾ ਨਹੀਂ ਹੈ ਸੋ ਉਹ ਤਦੇ ਸਾਨੂੰ ਜ਼ਿਆਦਾ ਕੇਅਰਫੁਲੀ ਦੇਖਣਾ ਪੈਂਦਾ ਹੈ ਮੁਸਤੈਦ ਰਹਿਣਾ ਪੈਂਦਾ ਹੈ ਕਿ ਕੋਈ ਵੀ ਕੰਪਲਿਕੇਸ਼ਨ ਹੋਏ ਤੇ ਉਹਨੂੰ ਇਮੀਡੀਏਟਲੀ ਫੜ ਲਿਆ ਜਾਏ ਤੇ ਮਤਲਬ ਇਹ ਤਾਂ ਚਲੋ ਕੋਵਿਡ ਵਾਲੇ ਨੇ ਕੋਵਿਡ ਤੋਂ ਇਲਾਵਾ ਵੀ ਇਹ ਜਿਹੜੀ ਕਲੋਟਿੰਗ ਜਿਹੜੀ ਹੈ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਸਿੰਪਟਮ ਜਿਹੜੇ ਉਹ ਤਾਂ ਕੋਵਿਡ ਤੋਂ ਇਲਾਵਾ ਵੀ ਹੋ ਸਕਦੇ ਹਨ ਨਾ ਕੋਵਿਡ ਤੋਂ ਇਲਾਵਾ ਵੀ ਹੋ ਸਕਦੇ ਤਦੇ ਸਾਨੂੰ ਸੀਗਾ ਕਿ ਇਹ ਕਲੋਟਿੰਗ ਹੈਗੀ ਚਾਹੇ ਕੋਵਿਡ ਹੈ ਚਾਹੇ ਨਹੀਂ ਕੋਵਿਡ ਹੈ ਇਹਦੇ ਚ ਡਿਲੇ ਨਹੀਂ ਕਰਨਾ ਚਾਹੀਦਾ ਉਹ ਜਨਰਲੀ ਥੋੜੇ ਜਿਹੇ ਓਲਡਰ ਪੇਸ਼ੈਂਟ ਚ ਹੁੰਦੀ ਹੈ 60-70 ਸਾਲ ਦੇ ਇਹ 35 ਸਾਲ ਦਾ ਸੀਗਾ ਅੱਛਾ ਇਹ ਕੋਵਿਡ ਦੇ ਕਾਰਨ ਹੀ ਇਹਦਾ ਹੋਇਆ ਜੀ ਤੇ ਵੈਸੇ ਜਿਹੜੀ ਅਦਰਵਾਈਜ਼ ਕੋਵਿਡ ਦਾ ਜਿਹੜਾ ਜਦੋਂ ਕੋਵਿਡ ਪੇਸ਼ੈਂਟਸ ਇਹ ਤਾਂ ਚਲੋ ਪਾਰਟਿਕੂਲਰ ਇੱਕ ਸੀ ਨਾ ਪੈਰ ਦੀ ਤੇ ਬਾਕੀ ਜਿਵੇਂ ਹੁਣ ਲੰਗਸ ਕਲੋਟਿੰਗ ਹੋ ਜਾਂਦੀ ਲੰਗਸ ਜਾਂ ਹੋਰ ਪਾਰਟਸ ਉਹਦਾ ਫਿਰ ਕੀ ਇਲਾਜ ਹੁੰਦਾ ਉਹਦਾ ਕੀ ਦੇਖੋ ਲੰਗਸ ਚ ਹੋਏਗਾ ਤੇ ਪੇਸ਼ੈਂਟ ਦਾ ਸਡਨਲੀ ਸਾਹ ਲੈਣਾ ਔਖਾ ਹੋ ਜਾਏਗਾ ਉਹਦਾ ਆਕਸੀਜਨ ਲੈਵਲ ਘੱਟ ਜਾਏਗਾ ਹਾਂਜੀ ਐਂਡ ਉਹਨੂੰ ਛਾਤੀ ਚ ਦਰਦ ਹੋਏਗਾ ਜੀ ਸਿਮਿਲਰਲੀ ਜੇ ਇਹ ਹਾਰਟ ਚ ਹੁੰਦਾ ਹੈ ਤੇ ਹਾਰਟ ਦਾ ਵੀ ਪੇਨ ਅਲੱਗ ਹੁੰਦਾ ਹੈ ਉਹ ਸਿਰਫ ਲੈਫਟ ਸਾਈਡ ਤੇ ਹੋਏਗਾ ਐਂਡ ਹਾਰਟ ਦਾ ਪੇਨ ਹੋਏਗਾ ਪੇਸ਼ੈਂਟ ਨੂੰ ਉਹਦੇ ਤਰੇਲੀਆਂ ਆਣਗੀਆਂ ਪਸੀਨਾ ਆਏਗਾ ਉਹ ਤਾਂ ਨਾਰਮਲ ਸਿੰਪਟਮ ਹਾਰਟ ਦੇ ਹੋਣੇ ਉਹੀ ਹੋਣੇ ਨੇ ਹਾਰਟ ਹਾਰਟ ਦੇ ਸੇਮ ਸਿੰਪਟਮ ਹੋਣਗੇ ਐਂਡ ਇਸ ਪੇਸ਼ੈਂਟ ਨੂੰ ਵੀ ਹਾਰਟ ਦਾ ਅਸੀਂ ਐਂਜੀਓਗ੍ਰਾਫੀ ਇਮੀਡੀਏਟ ਕਰਨੀ ਪਏਗੀ ਜੇ ਲੋੜ ਹੈ ਬਲੂਨਿੰਗ ਕਰਨੀ ਪਏਗੀ ਤੇ ਜੇ ਬਹੁਤ ਜ਼ਿਆਦਾ ਬਿਮਾਰੀ ਹੈ ਤੇ ਆਪਰੇਸ਼ਨ ਵੀ ਅਸੀਂ ਕੀਤੇ ਨੇ ਬਟ ਬਹੁਤ ਘੱਟ ਪੇਸ਼ੈਂਟ ਕਿਉਂਕਿ ਉਹਦਾ ਕੰਪਲੀਕੇਸ਼ਨ ਰੇਟ ਬਹੁਤ ਵੱਧ ਜਾਂਦਾ ਹੈ ਤੇ ਤਾਂ ਬਚਿਆ ਕਿਵੇਂ ਜਾ ਸਕਦਾ ਹੈ ਕੋਈ ਪ੍ਰੀਕੋਸ਼ਨਰੀ ਉਹ ਵੀ ਹੈ ਕਿ ਕਲੋਟਿੰਗ ਤੋਂ ਬਚਿਆ ਜਾਵੇ ਕੋਵਿਡ ਪੇਸ਼ੈਂਟਸ ਵਾਸਤੇ ਵੀ ਤੇ ਦੂਸਰੇ ਨਾਰਮਲ ਪੇਸ਼ੈਂਟ ਦੋਨਾਂ ਦੇ ਅਲੱਗ ਅਲੱਗ ਦੱਸੋ ਹਾਂਜੀ ਇਹਦਾ ਜੀ ਇਸ ਤਰ੍ਹਾਂ ਹੈ ਕੁਛ ਰਿਸਕ ਫੈਕਟਰ ਹੁੰਦੇ ਆ ਜਿਸ ਤਰ੍ਹਾਂ ਦੇ ਪੇਸ਼ੈਂਟ ਪਲੰਗ ਤੇ ਲੇਟਿਆ ਹੋਇਆ ਸਪੋਜ਼ ਉਹਨੂੰ ਫ੍ਰੈਕਚਰ ਹੋ ਗਿਆ ਤੇ ਪਲੰਗ ਤੇ ਲੇਟਿਆ ਹੈ ਇੱਕ ਦਿਨ 24 ਘੰਟੇ 36 ਘੰਟੇ ਦੂਜਾ ਜੇ ਕੋਈ ਵੀ ਬਿਮਾਰੀ ਹੈ ਤੇ ਪਲੰਗ ਤੇ ਐਡਮਿਟਿਡ ਹੈ ਮਤਲਬ ਇਮੋਬਿਲਿਟੀ ਤੇ ਉਹਨੂੰ ਚੱਲਣਾ ਫਿਰਨਾ ਘੱਟ ਹੋ ਜਾਵੇ ਦੂਜਾ ਜੇ ਪੇਸ਼ੈਂਟ ਥੋੜਾ ਵਜਨ ਬਹੁਤ ਜ਼ਿਆਦਾ ਹੈ ਉਹਦੇ ਚ ਰਿਸਕ ਜ਼ਿਆਦਾ ਹੈ ਤੀਜਾ ਜੇ ਪੇਸ਼ੈਂਟ ਸਮੋਕ ਕਰਦਾ ਹੈ ਜਾਂ ਉਹਨੂੰ ਸ਼ੂਗਰ ਹੈ ਜਾਂ ਉਹਨੂੰ ਪਹਿਲੇ ਤੋਂ ਕੋਈ ਹਾਰਟ ਦੀ ਬਿਮਾਰੀ ਹੈ ਸੋ ਇਹੋ ਜਿਹੀ ਕੰਡੀਸ਼ਨ ਚ ਇਹ ਰਿਸਕ ਇਹਦਾ ਵੱਧ ਜਾਂਦਾ ਸੋ ਇਹੋ ਜਿਹੇ ਪੇਸ਼ੈਂਟ ਦਾ ਸਾਨੂੰ ਪਹਿਲਾਂ ਹੀ ਅਸੀਂ ਸਾਡਾ ਸਕੋਰਿੰਗ ਸਿਸਟਮ ਹੈ ਅਸੀਂ ਪਹਿਲਾਂ ਹੀ ਦੇਖ ਲੈਂਦੇ ਕਿ ਹਾਂ ਬਈ ਇਹਨੂੰ ਖਤਰਾ ਹੈਗਾ ਕਲੋਟਿੰਗ ਦਾ ਉਹਨੂੰ ਪਹਿਲੇ ਤੋਂ ਹੀ ਅਸੀਂ ਇੱਕ ਤੇ ਉਹਨੂੰ ਜਲਦੀ ਚਲਾ ਦਿੰਦੇ ਹਾਂ ਜੇ ਚਲਾ ਸਕੀਏ ਤੇ ਦੂਜਾ ਇੱਕ ਸਪੈਸ਼ਲ ਦਵਾਈ ਆ ਜਿਹੜੀ ਕਿ ਖੂਨ ਪਤਲਾ ਕਰਦੀ ਹੈ ਉਹ ਸ਼ੁਰੂ ਕਰ ਦਿੰਦੇ ਸੋ ਇਹ ਬਹੁਤ ਕੋਵਿਡ ਪੇਸ਼ੈਂਟ ਚ ਵੀ ਨਾਨ ਕੋਵਿਡ ਚ ਵੀ ਦੋਨਾਂ ਚ ਕਰਨਾ ਬਹੁਤ ਬਹੁਤ ਜ਼ਰੂਰੀ ਹੈ ਮਤਲਬ ਚਲੋ ਤੁਸੀਂ ਉਹ ਦਵਾਈ ਦੀ ਗੱਲ ਕਰ ਲਈ ਤੇ ਮੇਰੀ ਹੁਣ ਉਹਦੇ ਨਾਲ ਜੁੜਿਆ ਸਵਾਲ ਹੈ ਕਿਉਂਕਿ ਬਹੁਤ ਸਾਰੇ ਕਈ ਵਾਰੇ ਲੋਕ ਪ੍ਰੈਕਟੀਕਲੀ ਇਹ ਫੇਸ ਕਰ ਰਹੇ ਨੇ ਉਹ ਵੈਕਸੀਨੇਸ਼ਨ ਨਾਲ ਜੇ ਤੁਸੀਂ ਖੂਨ ਪਤਲਾ ਕਰਨ ਦੀ ਦਵਾਈ ਦੇ ਰਹੇ ਹੋ ਕਿਸੇ ਨੂੰ ਉਹ ਭਾਵੇਂ ਉਹ ਡਾਇਬਟੀਜ਼ ਦਾ ਪੇਸ਼ੈਂਟ ਹੈ ਜਾਂ ਹਾਰਟ ਦੀ ਉਹਦੇ ਨਾਲ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਦਾ ਇਹ ਕੁਐਸਚਨ ਹੈਗਾ ਕਿ ਜਦੋਂ ਮੈਂ ਮਤਲਬ ਮੈਂ ਵੈਕਸੀਨੇਸ਼ਨ ਕਰਾਉਣ ਗਿਆ ਸੀ ਫਿਰ ਕਰੋ
ਤਾਂ ਮੈਨੂੰ ਉਹਨੇ ਸਵਾਲ ਕੀਤਾ ਸੀ ਵੀ ਤੁਸੀਂ ਕੋਈ ਖੂਨ ਪਤਲਾ ਕਰਨ ਵਾਲੀ ਦਵਾਈ ਤਾਂ ਲੈ ਰਹੇ ਤਾਂ ਇਹਦਾ ਕੀ ਸੰਬੰਧ ਹੈ ਜਿਹੜੇ ਹਾਰਟ ਪੇਸ਼ੈਂਟਸ ਹੈਗੇ ਨੇ ਜਾਂ ਇਸ ਤਰ੍ਹਾਂ ਦੇ ਇੱਕ ਪੇਸ਼ੈਂਟ ਹੈਗੇ ਜਿਹੜੇ ਦਵਾਈ ਲੈ ਰਹੇ ਨੇ ਫਿਰ ਉਹ ਵੈਕਸੀਨੇਸ਼ਨ ਕਰਵਾ ਸਕਦੇ ਨਹੀਂ ਕਰਵਾ ਸਕਦੇ ਕੀ ਇਹ ਕੀ ਰਿਲੇਸ਼ਨ ਹੈ ਇਹਦਾ ਹਾਂਜੀ ਇਹ ਨਾ ਰੋਜ਼ ਮੈਨੂੰ ਮੇਰੇ ਪੇਸ਼ੈਂਟ ਕਿਉਂਕਿ ਹਾਰਟ ਦੇ ਹੀ ਪੇਸ਼ੈਂਟ ਨੇ ਤੇ ਰੋਜ਼ ਕੁਐਸਚਨ ਮੈਂ ਆਨਸਰ ਕਰਦਾ ਤੇ ਮੈਨੂੰ ਕਦੇ ਖੁਸ਼ੀ ਹੈ ਕਿ ਤੁਸੀਂ ਪੁੱਛਿਆ ਕਿਉਂਕਿ ਕਾਫੀ ਲੋਕਾਂ ਨੂੰ ਇਹਦਾ ਡਰ ਵੀ ਹੈ ਤੇ ਇਹਦਾ ਡਾਊਟ ਹੈ ਇਸ਼ੂ ਹੈਗਾ ਹਾਂਜੀ ਸੋ ਬੇਸਿਕਲੀ ਖੂਨ ਪਤਲੇ ਕਰਨ ਦੀ ਦਵਾਈਆਂ ਅਸੀਂ ਤਿੰਨ ਟਾਈਪ ਦੀ ਹੁੰਦੀ ਹੈ ਪਹਿਲੀ ਹੁੰਦੀ ਹੈ ਐਂਟੀ ਪਲੇਟਲੈਟ ਜਿਸ ਤਰ੍ਹਾਂ ਕਿ ਡਿਸਪਰਿਨ ਹੁੰਦੀ ਹੈ ਕਲੋਪਿਟੋਜਰੇਲ ਹੁੰਦੀ ਹੈ ਇਹ ਹਰੇਕ ਹਾਰਟ ਪੇਸ਼ੈਂਟ ਨੂੰ ਇਹਦਾ ਕੋਈ ਨੁਕਸਾਨ ਨਹੀਂ ਹੈ ਇਹਨੂੰ ਬੰਦ ਨਹੀਂ ਕਰਨਾ ਇਹਦੇ ਚ ਵੈਕਸੀਨੇਸ਼ਨ ਆਰਾਮ ਨਾਲ ਹੋ ਸਕਦਾ ਹੈ ਸੋ ਦੈਟ ਇਜ਼ ਨੰਬਰ 1 ਅੱਛਾ ਜਿਹੜਾ ਨੰਬਰ 2 ਇੱਕ ਦਵਾਈ ਹੁੰਦੀ ਹੈ ਸਿੰਪਲ ਡਿਸਪਲਿਨ ਲੈ ਰਿਹਾ ਉਹ ਇਹ ਕਰ ਸਕਦੇ ਹੋ ਰੋਕਣ ਦੀ ਲੋੜ ਨਹੀਂ ਅੱਛਾ ਦੂਜੀ ਦਵਾਈ ਨੂੰ ਐਸੀਟ੍ਰੋਮ ਕਹਿੰਦੇ ਆ ਇਹ ਵੀ ਬਲੱਡ ਥਿਨਰ ਹੈ ਇਹ ਥੋੜਾ ਜ਼ਿਆਦਾ ਸਟਰੋਂਗਰ ਹੁੰਦੀ ਹੈ ਇਹਦਾ ਇੱਕ ਟੈਸਟ ਹੁੰਦਾ ਹੈ ਜਿਹਨੂੰ INR ਜੀ ਸੋ ਇਹ ਨਾਰਮਲ ਜੇ ਇੱਕ ਹੈਗਾ ਤੇ ਅਸੀਂ ਪੇਸ਼ੈਂਟ ਦਾ 2.5 ਤੋਂ 3 ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਕੋਈ ਕਾਰਨ ਨੂੰ ਜਿਸ ਤਰ੍ਹਾਂ ਵੈਲਵ ਹੈ ਜਾਂ ਕੋਈ ਕਲੋਟਿੰਗ ਦੀ ਪ੍ਰੋਬਲਮ ਹੈ ਸੋ ਜੇ ਇਹ 3 ਤੋਂ ਉੱਤੇ ਹੈ ਫਿਰ ਅਸੀਂ ਵੈਕਸੀਨੇਸ਼ਨ ਨਹੀਂ ਕਰਨਾ ਸਿਰਫ ਇੱਕ ਇੱਕ ਕੰਡੀਸ਼ਨ ਹੈ ਇਹ ਵਾਲੀ ਕਿ ਜੇ INR 3 ਤੋਂ ਉੱਤੇ ਹੈ ਜੇ 3 ਤੋਂ ਥੱਲੇ ਹੈ ਤੇ ਕੋਈ ਪ੍ਰੋਬਲਮ ਨਹੀਂ ਤੁਸੀਂ ਵੈਕਸੀਨੇਸ਼ਨ ਕਰਾ ਸਕਦੇ ਹੋ ਅੱਛਾ ਤੀਜਾ ਐਂਟੀ ਬਲੱਡ ਥਿਨਰ ਹੁੰਦਾ ਹੈ DOAC ਇਹਨੂੰ ਕਹਿੰਦੇ ਡਾਇਰੈਕਟ ਓਰਲ ਐਂਟੀਕੋਗੂਲੈਂਟ ਇਹਦਾ ਵੀ ਕੋਈ ਖਤਰਾ ਨਹੀਂ ਹੈ ਜੇ ਇਹ ਚੱਲ ਰਿਹਾ ਹੈ ਤੇ ਤੁਹਾਨੂੰ ਵੈਕਸੀਨੇਸ਼ਨ ਦਾ ਕੋਈ ਪ੍ਰੋਬਲਮ ਨਹੀਂ ਹੈ ਨਾਰਮਲ ਵੈਕਸੀਨੇਸ਼ਨ ਲਗਾਓ ਸਿਰਫ ਨਰਸ ਨੂੰ ਦੱਸ ਦਿਓ ਕਿ ਮੈਨੂੰ ਬਲੱਡ ਥਿਨਰ ਚੱਲ ਰਿਹਾ ਹੈ ਤੇ ਉਹ ਦੋ ਕੰਮ ਕਰੇਗੀ ਇੱਕ ਤੇ ਸੂਈ ਸਭ ਤੋਂ ਪਤਲੀ ਲਏਗੀ ਤੇ ਦੂਜਾ ਤੁਸੀਂ ਦੇਖਿਆ ਇੰਜੈਕਸ਼ਨ ਜਦੋਂ ਥੋੜੀ ਦੇਰ ਦਬਾਉਂਦੇ ਆ ਤੇ ਉਹ 20 ਸੈਕਿੰਡ ਦੇ ਬਦਲੇ 40 ਸੈਕਿੰਡ ਦਬਾ ਦੇਗੀ ਤਾਂ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਏਗੀ ਸੋ ਵੈਕਸੀਨੇਸ਼ਨ ਰੋਕਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਅੱਛਾ ਤਾਂ ਫਿਰ ਜਿਹੜਾ ਵਿਚਲਾ ਤੁਸੀਂ ਦੱਸਿਆ ਕਿ ਜਿਹੜੀ ਉਹ ਮਿੰਟ ਉਹਦਾ ਥੋੜਾ ਦੁਬਾਰਾ ਦੱਸੋ ਕਿ ਉਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਆਪਣਾ ਟੈਸਟ ਕਰਾ ਕੇ ਫੇਰ ਲਗਾਉਣਾ ਚਾਹੀਦਾ ਹੈ ਹਾਂਜੀ ਜੇ ਐਸੀਟ੍ਰੋਮ ਨਾਮ ਦੀ ਗੋਲੀ ਚੱਲ ਰਹੀ ਹੈ ਐਸੀਟ੍ਰੋਮ ਉਹਦਾ ਨਾਮ ਹੈ ਸੋ ਇਹ ਸਪੈਸ਼ਲ ਦਵਾਈ ਹੁੰਦੀ ਹੈ ਜੇ ਇਹਦਾ ਅਸਰ INR 3 ਤੋਂ ਜ਼ਿਆਦਾ ਹੈ ਮਤਲਬ 3 ਗੁਣਾ ਜ਼ਿਆਦਾ ਬਲੀਡਿੰਗ ਹੋ ਸਕਦੀ ਹੈ ਫਿਰ ਅਸੀਂ ਵੈਕਸੀਨੇਸ਼ਨ ਨਹੀਂ ਕਰਨਾ ਜੇ 3 ਗੁਣਾ ਤੋਂ ਘੱਟ ਹੈ ਫਿਰ ਕੋਈ ਪ੍ਰੋਬਲਮ ਨਹੀਂ ਵੈਕਸੀਨੇਸ਼ਨ ਕਰਾ ਸਕਦੇ ਜਿਹੜੇ ਡਾਇਬੈਟਿਕ ਪੇਸ਼ੈਂਟ ਨੇ ਉਹਨਾਂ ਨੂੰ ਵੀ ਕਿਉਂਕਿ ਉਹ ਬਲੱਡ ਥਿਨਰ ਦਿੱਤੇ ਜਾਂਦੇ ਨੇ ਉਹ ਉਹਨਾਂ ਵਾਸਤੇ ਕੀ ਐਡਵਾਈਸ ਹੈਗੀ ਸੀ ਡਾਇਬਟਿਕ ਦਾ ਇਹ ਪ੍ਰੋਬਲਮ ਹੈ ਕਿ ਜੋ ਡਾਇਬਟੀਜ਼ ਹੈ ਉਹਨੂੰ ਹਲਕੀ ਫੁਲਕੀ ਹਾਰਟ ਡਿਜ਼ੀਜ਼ ਵੀ ਹੋਏਗੀ ਸੋ ਪ੍ਰੀਕਾਸ਼ਨ ਬੇਸਿਕਲੀ ਸਿਰਫ ਇਹ ਹੈ ਕਿ ਆਪਣੇ ਡਾਇਬਟਿਕ ਕੰਟਰੋਲ ਪ੍ਰੋਪਰ ਰੱਖੋ ਐਕਸਰਸਾਈਜ਼ ਕਰੋ ਯੋਗਾ ਕਰਨਾ ਯੋਗਾ ਕਰੋ ਤੇ ਜਿਹੜੀ ਸ਼ੂਗਰ ਦੀ ਦਵਾਈਆਂ ਹੈ ਉਹ ਸ਼ੂਗਰ ਦੀ ਦਵਾਈਆਂ ਨਾਰਮਲ ਟਾਈਮ ਤੇ ਪੂਰਾ ਖਾਓ ਤੇ ਸ਼ੂਗਰ ਬਲੱਡ ਚੈੱਕ ਕਰਕੇ ਸ਼ੂਗਰ ਦਾ ਕੰਟਰੋਲ ਰੱਖੋ ਉਹ ਵੈਸੇ ਹੀ ਜ਼ਰੂਰੀ ਹੈ ਕੋਈ ਸਪੈਸ਼ਲ ਕੋਵਿਡ ਲਈ ਅਲੱਗ ਨਹੀਂ ਕੋਵਿਡ ਲਈ ਅਲੱਗ ਨਹੀਂ ਹੈ ਕੋਈ ਜਦੋਂ ਕੋਈ ਸਡਨਲੀ ਅਟੈਕ ਹੁੰਦੇ ਨੇ ਆਪਣੇ ਨਾਰਮਲ ਬੰਦੇ ਹੁੰਦੇ ਨੇ ਬ੍ਰੇਨ ਪੈਰਲਾਈਸਿਸ ਹੋ ਗਿਆ ਜਾਂ ਮਤਲਬ ਇੱਕਦਮ ਕੋਈ ਸਟ੍ਰੋਕ ਹੋ ਗਿਆ ਉਹ ਕੀ ਹੁੰਦਾ ਹੈ ਮਤਲਬ ਕਿਉਂ ਮਤਲਬ ਜਦੋਂ ਕੋਈ ਸਿੰਪਟਮ ਵੀ ਨਹੀਂ ਹੁੰਦਾ ਅਚਾਨਕ ਹੋ ਜਾਂਦਾ ਹੈ ਉਹ ਕਿਉਂ ਹੁੰਦੇ ਆ ਤੇ ਉਹਦਾ ਕੀ ਫਿਰ ਇਹ ਬੋਡੀ ਦਾ ਕਹਿ ਲਓ ਕੁਦਰਤ ਦਾ ਕਹਿ ਲਓ ਅਡੈਪਟੇਸ਼ਨ ਹੈ ਸਾਡੀ ਨਾੜੀ ਸਪੋਜ਼ਿੰਗ 1 ਸੈਂਟੀਮੀਟਰ ਦੀ ਹੈ ਤਾਂ ਜਦ ਤੱਕ ਉਹ 0.25 ਸੈਂਟੀਮੀਟਰ ਨਹੀਂ ਹੋਏਗੀ ਤਦ ਤੱਕ ਕੋਈ ਫਰਕ ਹੀ ਨਹੀਂ ਪਏਗਾ ਅੱਛਾ ਜਦੋਂ 0.25 ਸੈਂਟੀਮੀਟਰ ਤੋਂ ਘੱਟ ਹੋਣੀ ਸ਼ੁਰੂ ਹੋਏਗੀ ਜਿਸ ਤਰ੍ਹਾਂ ਕਿ ਜੇ ਬਲੋਕੇਜ 75% ਹੈ ਤਦ ਤੱਕ ਪਤਾ ਵੀ ਨਹੀਂ ਚੱਲਣਾ ਤੇ ਜਦ 75% ਤੋਂ ਜ਼ਿਆਦਾ ਬਲੋਕੇਜ ਹੋਏਗੀ ਫਿਰ ਸਡਨਲੀ ਜਿਹੜਾ ਖੂਨ ਜਾ ਰਿਹਾ ਹੈ ਉਹ ਜੰਮ ਸਕਦਾ ਹੈ ਬਲੋਕੇਜ ਦੇ ਉੱਤੇ ਉਸ ਤੋਂ ਪਹਿਲੇ ਸ਼ਾਇਦ ਅਗਰ ਟੈਸਟ ਨਾ ਕਰੀਏ ਤੇ ਪੇਸ਼ੈਂਟ ਕਹੇ ਜੀ ਮੈਂ ਤਾਂ ਬਿਲਕੁਲ ਨਾਰਮਲ ਹੈ ਮੈਨੂੰ ਕੀ ਹੋ ਕੁਛ ਨਹੀਂ ਹੋ ਰਿਹਾ ਤਦ ਟੈਸਟਿੰਗ ਦਾ ਬੜਾ ਅਹਿਮੀਅਤ ਹੈ ਟੈਸਟਿੰਗ ਕਰਨੀ ਜ਼ਰੂਰੀ ਹੈ ਕੋਈ ਬੰਦਾ 50 ਸਾਲ ਦੀ ਉਮਰ ਹੋਏ ਉਹਦੀ ਸਾਲ ਚ ਇੱਕ ਵਾਰੀ ਟੈਸਟ ਕਰਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਸ ਤਰ੍ਹਾਂ ਦੇ ਟੈਸਟ ਮਤਲਬ ਤੁਹਾਡਾ ਮਤਲਬ ਜਿਹੜੀ ਰੈਗੂਲਰ ਟੈਸਟਿੰਗ ਹੈ ਬਾਡੀ ਦੀ ਜਿਹੜੇ ਉਹ ਜ਼ਰੂਰੀ ਹੈ ਇਹਦਾ ਬਹੁਤ ਸਿੰਪਲ ਹੈ ਕੋਈ ਖਰਚਾ ਜ਼ਿਆਦਾ ਨਹੀਂ ਹੈ ਸਭ ਤੋਂ ਪਹਿਲੇ ਕੋਈ ਵੀ ਅੱਛੇ ਡਾਕਟਰ MD ਮੈਡੀਸਨ
ਉਹ ਤੁਹਾਡੀ ਹਿਸਟਰੀ ਲਏਗਾ, ਚੈੱਕ ਕਰੇਗਾ, ਤੁਹਾਡਾ ਸ਼ੂਗਰ ਚੈੱਕ ਕਰੇਗਾ। ਉਹਦੇ ਬਾਅਦ ਇੱਕ ਵਾਰੀ ਸਾਲ ਚ ECG ਜ਼ਰੂਰ, ਤੇ ਇੱਕ ਹੁੰਦਾ ਇਕੋ ਟੈਸਟ ਹੁੰਦਾ ਜਿਹਦੇ ਚ ਹਾਰਟ ਦਾ ਦੇਖਦੇ ਹਾਂ ਕਿ ਹਾਰਟ ਦੀ ਪੰਪਿੰਗ ਠੀਕ ਹੈ। ਤੇ ਜੇ ਠੀਕ ਹੈ ਫਿਰ ਨੈਕਸਟ ਟੈਸਟ ਹੁੰਦਾ ਹੈ TMT ਟ੍ਰਿਲ ਟੈਸਟ, ਜਿਹਦੇ ਚ ਅਸੀਂ ਦੌੜਦੇ ਹਾਂ ਟ੍ਰੈਡਮਿਲ ਦੇ ਉੱਤੇ। ECG ਕੰਟੀਨਿਊਸ 7 to 10 minutes ਤੱਕ ਮਸ਼ੀਨ ਕਰਦੀ ਹੈ। ਸੋ ਇਹ ਟੈਸਟ ਸਾਲ ਚ ਇੱਕ ਵਾਰੀ, ਜਿਸ ਤਰ੍ਹਾਂ ਆਰਮੀ ਚੋਂ ਜੇ ਤੁਸੀਂ, ਉਹ ਤੇ ਜ਼ਰੂਰ ਕਰਨਗੇ। ਤੇ ਜੇ ਆਰਮੀ ਚ ਨਹੀਂ ਵੀ ਹੋ ਤੁਸੀਂ ਆਪਣੇ ਲਈ ਕਰਾ ਲਓ, ਸੋ ਦੈਟ ਪਤਾ ਚੱਲ ਜਾਏ, ਇਹਦੇ ਨਾਲ ਪਤਾ ਚੱਲ ਜਾਂਦਾ ਹੈ ਕਿ ਬਿਮਾਰੀ ਸ਼ੁਰੂ ਹੋ ਰਹੀ ਹੈ ਤੇ ਉਹਨੂੰ ਅਸੀਂ ਬਚਾਵ ਲੈ ਸਕਦੇ ਹਾਂ, ਉਹਦੀ ਦਵਾਈ ਲੈ ਸਕਦੇ ਹਾਂ। ਉਹਦਾ ਇਹ ਨਹੀਂ ਹੋ ਸਕਦਾ ਦਵਾਈ ਦੀ ਲੋੜ ਹੀ ਨਾ ਪਏ, ਸਿਰਫ ਅਸੀਂ ਵਜਨ ਘਟਾ ਲਈਏ, ਅਸੀਂ ਖਾਣ ਪੀਣ ਦਾ ਤਰੀਕਾ ਚੇਂਜ ਕਰ ਲਈਏ। ਸੋ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂ ਗੈਟ ਵਾਂਸ ਅ ਈਅਰ ਟੈਸਟ ਇਨ ਆਲ ਅਡਲਟਸ। ਠੀਕ ਹੈ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਡਾਕਟਰ ਸਾਹਿਬ ਸੁਜੈਸਟ ਕਰ ਰਹੇ ਨੇ, ਸਲਾਹ ਦੇ ਰਹੇ ਨੇ, ਮੈਂ ਹਰ ਕੇ ਜਿਹੜੇ ਖਾਸ ਕਰ 50 ਸਾਲ ਤੋਂ ਉੱਪਰ, ਵੀ ਸਾਲ 'ਚ ਇੱਕ ਵਾਰੀ ਸਾਰੇ ਟੈਸਟ ਜ਼ਰੂਰ ਕਰਾਉਣੇ ਚਾਹੀਦੇ ਆ ਤਾਂ ਕਿ ਸਡਨ ਕਿਸੇ ਜਿਹੜੀ ਬਲੋਕੇਟ ਤੋਂ ਬਚਿਆ ਜਾ ਸਕੇ। ਅਤੇ ਜਿਹੜੀ ਕਲੋਟਿੰਗ ਬਾਰੇ ਜਾਣਕਾਰੀ ਦਿੱਤੀ ਹੈ ਉਹ ਬਹੁਤ ਹੀ ਮੇਰੇ ਖਿਆਲ ਮੇਰੇ ਵਾਸਤੇ ਤਾਂ ਬੜੀ ਐਜੂਕੇਟਿਵ ਸੀ, ਉਹ ਨਵੀਆਂ ਗੱਲਾਂ ਸੀ। ਅਤੇ ਉਹ ਖਾਸ ਕਰ ਉਹ ਪੋਰਸ਼ਨ ਵੀ ਜਿਹੜਾ ਜਿਹੜੇ ਬਲੱਡ ਥਿਨਰ ਲੈ ਰਹੇ ਨੇ ਉਹਨਾਂ ਨੂੰ ਵੈਕਸੀਨੇਸ਼ਨ ਕਿਹੜੇ ਕਰਵਾ ਸਕਦੇ ਨੇ ਜਾਂ ਕਿਸ ਹਾਲਤ 'ਚ ਕਰਵਾ ਸਕਦੇ ਨੇ, ਇਹ ਜਾਣਕਾਰੀ ਜਿਹੜੀ ਤੁਸੀਂ ਦੇ, ਮੇਰੇ ਖਿਆਲ ਆ ਕਿ ਸਾਡੇ ਵਿਊਰਸ ਨੂੰ ਬਹੁਤ ਇਹਦਾ ਲਾਭ ਹੋਏਗਾ, ਪ੍ਰੈਕਟੀਕਲ ਲਾਭ ਹੋਏਗਾ। ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਹੋਰ ਬਹੁਤ ਸਾਰੇ ਆਸਪੈਕਟ ਨੇ, ਫਿਰ ਇਹਦੇ ਬਾਰੇ ਗੱਲ ਕਰਦੇ ਰਹਾਂਗੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ, ਓਕੇ, ਬਾਏ ਬਾਏ।